ਅਸਲਾਮੁ ਅਲੈਕਮ ਦੋਸਤੋ, ਕੀ ਹਾਲ ਚਾਲ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਉਸਤਾਦ ਹੁਣੀ ਆ ਗਏ ਅੱਜ। ਅੱਜ ਡੈਂਪ ਪੈਣਾ ਵਾ, ਰੇਸ ਸੁੱਟ ਲਈ ਆ। ਉਸਤਾਦ ਹੁਣਾਂ ਨੇ ਬਜਰੀ ਸੁੱਟਣ ਦੇ ਆ। ਮੈਂ ਵਾਸ਼ਰੂਮ ਸੀਗਾ, ਇਸ ਕਰਕੇ ਥੋੜ੍ਹਾ ਜਿਹਾ ਲੇਟ ਹੋ ਗਿਆ। ਉਸਤਾਦ ਹੁਣਾਂ ਦਾ ਫੋਨ ਆਇਆ, ਮੈਂ ਕਿਹਾ ਤੁਸੀਂ ਉੱਥੋਂ ਸਮਾਨ ਚੁੱਕ ਕੇ ਖੜੋ ਨਾ ਅੰਦਰੋਂ। ਉਹ ਪਿੱਛੇ ਉਹ ਗੋਦਾਮ 'ਚ ਪਿਆ ਹੁੰਦਾ, ਸਮਾਨ ਚੁੱਕ ਕੇ ਲੈ ਆਏ। ਪਾਣੀ ਦਾ ਪੈਪ ਲਾ ਆਇਆ, ਉਸਤਾਦ ਹੁਣੀ ਪਾਣੀ ਲਾ ਰਹੇ ਨੇ। ਬਸ ਅੱਜ ਉਮੀਦ ਤਾਂ ਬੜੀ ਅੱਲਾ ਦੇ ਘਰ 'ਚ, ਇਨਸ਼ਾਅੱਲਾ ਅੱਜ ਡੈਂਪ ਪੈ ਜਾਣਾ। ਸੁਬਹਾ ਸੁਬਹਾ ਦੇ ਟਾਈਮ ਆ, ਜਿੱਥੇ ਮੈਂ ਖੜ੍ਹਾ ਨਾ ਇੱਥੇ ਹੁੰਦੀ ਆ ਰੋਸ਼ਨੀ ਆ। ਪਿਛਲਾ ਕਮਰਾ ਬਣਦਾ, ਇਹ ਕਮਰਾ ਤਾਂ ਇਸ ਟਾਈਮ ਜੰਨਤ ਹੀ ਲੱਗ ਰਿਹਾ ਹੁੰਦਾ। ਐਡੀ ਸੋਹਣੀ ਇੱਥੇ ਆਪਣਾ ਰੋਸ਼ਨੀ ਆ, ਮਤਲਬ ਕਿ ਇੱਥੇ ਛਾਂ ਹੁੰਦੀ ਆ। ਰੋਸ਼ਨੀ ਤੋਂ ਮੁਰਾਦ ਛਾਂ ਦੇ ਨਾਲ ਹਵਾ ਚੱਲ ਰਹੀ ਹੁੰਦੀ ਸੁਬਹਾ ਸੁਬਹਾ। ਸਕੂਨ ਹੁੰਦਾ ਇੱਥੇ ਆ ਕੇ, ਇੱਦਾਂ ਦਿਲ ਕਰਦਾ ਕਿ ਭਾਈ ਹੁਣੀ ਸੋ ਜਾ। ਇੱਧਰੋਂ ਹਵਾ ਕ੍ਰਾਸ ਹੋ ਕੇ ਆਉਂਦੀ, ਠੰਡੀ ਹਵਾ ਲੱਗਦੀ ਹੈ। ਮੰਜਾ ਅੱਜ ਰਹਿ ਗਿਆ, ਉੱਥੇ ਮੰਜਾ ਲੈ ਕੇ ਆਉਂਦੇ ਹਾਂ ਅਤੇ ਫਿਰ ਬਹਿ ਜਾਂਦੇ ਹਾਂ, ਫਿਰ ਇੱਥੇ ਤਸੱਲੀ ਨਾ। ਇਹ ਹੀ ਆ ਹੋਰ ਆ। ਔਰ ਮੈਂ ਤਾਂ ਇਹਨਾਂ ਦੇ ਨਾਲ ਕਿਹੜਾ ਕੋਈ ਕੰਮ ਕਰਨਾ, ਪਾਣੀ ਆ ਜਾ ਕੇ ਉਹ ਲਾਵਾਂਗਾ। ਉਸਤਾਦ ਨੂੰ ਕੰਧਾਂ ਨੂੰ ਪਾਣੀ ਲਾਈ ਜਾਵਾਂਗਾ, ਜਿੱਦਾਂ ਉਸਤਾਦ ਲਾਉਣ ਦਿਆ। ਇੱਕ ਇੱਕ ਕੰਧ ਨੂੰ ਲਾਈ ਜਾਵਾਂਗਾ, ਇਹ ਫਿਰ ਪਿੱਛੋਂ ਸੀਮਟ ਬਜਰੀ ਪਾਈ ਜਾਣਗੇ। ਮੰਜਾ ਉਸਤਾਦ ਹੁਣੀ ਚੁੱਕ ਲਿਆ ਇਹ, ਚੇਤਾ ਹੀ ਨਹੀਂ ਰਿਹਾ ਤੁਹਾਨੂੰ ਦੱਸਣ ਦਾ। ਅੱਜ ਬੁੱਧ ਦਾ, ਅੱਜ ਮੰਡੀ ਦਾ ਦਿਨ ਸੀਗਾ। ਹਾਜੀ ਸਾਹਿਬ ਦਾ ਆਇਆ ਸੀ ਫੋਨ, ਪੁੱਛਣ ਦੇ ਸੀ ਬੰਦੇ ਤੇਰੇ ਆਏ ਆ। ਮੈਂ ਕਿਹਾ ਹਾਂਜੀ ਆ ਗਏ ਆ, ਉਹ ਹੁਣ ਜਾਣਗੇ ਮਨੀਰ ਜਾਂ ਆਪਣਾ ਅਬਦੁੱਲਾ ਦੇ ਨਾਲ। ਉਸਤਾਦ ਹੁਣੀ ਕਹਿੰਦੇ 3-4 ਵਜੇ ਘਲਾ ਦਿਆਂਗੇ ਤੁਹਾਨੂੰ ਮੰਡੀ। 3-4 ਵਜੇ ਉੱਥੇ ਮੈਂ ਕੀ ਕਰਨਾ? ਉਸਤਾਦ ਹੁਣੀ ਉਸ ਟਾਈਮ ਉਸਤਾਦ ਜੀ ਮੰਡੀ ਬੰਦ ਖਤਮ ਹੋ ਜਾਂਦੀ ਉਸ ਟਾਈਮ ਤੱਕ, ਅਤੇ ਹਰ ਸ਼ਾਇ ਜੀ 2 ਵਜੇ ਤੱਕ ਰਹਿੰਦਾ ਕੰਮ। ਉਸ ਤੋਂ ਬਾਅਦ ਲੋਕ ਨਿਕਲ ਜਾਂਦੇ ਆਪਣੇ ਘਰਾਂ ਨੂੰ, ਸਮਾਲ ਮੂਲ ਜਿਹੜਾ ਵਿਕ ਗਿਆ ਵਿਕ ਗਿਆ, ਜਿਹੜਾ ਨਾ ਵਿਕਿਆ ਉਹਨਾਂ ਨੇ ਆਪਣੀਆਂ ਗੱਡੀਆਂ 'ਚ ਪਾਉਣਾ ਤੇ ਹੋ ਗਏ। ਕਿਉਂਕਿ ਕਿੱਲਿਆਂ ਵਾਲਾ ਹਿਸਾਬ ਕਰ ਨਹੀਂ, ਕਿੱਲਿਆਂ ਵਾਲਾ ਹਿਸਾਬ ਨਹੀਂ ਹੁੰਦਾ ਉੱਥੇ, ਮੰਜੀਆਂ ਦੇ ਨਾਲ ਹੀ ਉਹਨਾਂ ਨੇ ਬੰਨੇ ਹੁੰਦੇ। ਉਹ ਦੂਰ ਦਰਾਜ ਪਿੰਡਾਂ 'ਚੋਂ ਆਉਂਦੇ ਨੇ ਨਾ ਲੋਕ, ਫਿਰ ਜੇ ਆਉਣ 'ਚ ਵੀ 5-7-10 ਘੰਟੇ ਲੱਗਦੇ, ਜੇ ਆਉਣ 'ਚ ਵੀ ਲੱਗਦੇ ਆ। ਫਿਰ ਸੁਬਹਾ ਟਾਈਮ ਨਾਲ ਹੀ ਆ ਜਾਂਦੇ ਆ, ਅਤੇ ਟਾਈਮ ਨਾਲ ਹੀ ਫਿਰ ਇੱਥੋਂ ਨਿਕਲ ਜਾਂਦੇ, ਜਿਹੜੇ ਅਗਲੇ ਪਾਸੇ ਟਾਈਮ ਨਾਲ ਹੀ ਪਹੁੰਚ ਜਾਣ। ਲਓ ਜੀ, ਗੱਲ ਇੱਦਾਂ ਵਾ ਕਿ ਕੰਧਾਂ ਸਾਰੀਆਂ ਨੂੰ ਮੈਂ ਲਾਤਾ ਵਾ ਪਾਣੀ A to Z। ਉਸਤਾਦ ਉਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਹੋਇਆ, ਮਸਾਲਾ ਬਣ ਗਿਆ ਵਾ। ਆਹ ਫਰਮਾ ਹੁੰਦਾ ਵਾ, ਅਤੇ ਆਹ ਉੱਤੇ ਕੀ ਇਹਨੂੰ ਡੈਂਪ ਕਹਿੰਦੇ ਆ, ਆਹ ਉੱਤੇ ਡੈਂਪ ਪੈਣ 'ਤੇ ਆਹ PC ਦਾ ਸੀਮਟ ਰੇਟ ਬਜਰੀ ਦਾ, ਅਤੇ ਆਹ ਭਾਈ ਜ਼ਬੈਰ ਬੈਠੇ ਆ ਛਾਂ 'ਚ ਆਰਾਮ ਨਾਲ। ਠੀਕ ਆ, ਹੁਣ ਆਪਣਾ ਛੇਤੀ ਉੱਠ ਜਾਂਦਾ ਵਾ, ਭੁੱਖ ਵੀ ਲੱਗ ਜਾਂਦੀ ਛੇਤੀ। ਉਸਤਾਦ ਹੁਣੀ ਕੰਮ ਕਰ ਰਿਹਾ, ਮੈਂ ਜ਼ਰਾ ਨਿਕਲ ਜਾ ਕੇ ਨਾਸ਼ਤਾ ਕਰ ਆਵਾਂ। ਉਸਤਾਦ ਆਇਆ ਅਮਰੂਦ ਲੈ ਕੇ, ਅੱਧਾ ਅੱਧਾ ਕਿਲੋ 2 ਜਗ੍ਹਾ 'ਤੇ ਕਿਰਾਏ ਆ। ਮੈਂ ਕਿਹਾ ਆਪ ਵੀ ਖਾਂਦੇ ਹਾਂ, ਜਾ ਕੇ ਆਪਣੇ ਮਜ਼ਦੂਰਾਂ ਨੂੰ ਵੀ ਖਵਾਉਂਦੇ। ਰੋਟੀ ਖਾ ਕੇ ਅਮਰੂਦ ਲੈ ਕੇ ਆਇਆ ਮੈਂ ਪਿੱਛੇ, ਸਮਝਦੇ ਹੋ। ਉਸਤਾਦ ਪਹਿਲਾਂ ਹੀ ਕਹਿ ਰਿਹਾ ਸੀਗਾ ਚੋਰੀ ਨੂੰ, ਕਹਿੰਦੇ ਹੁਣ ਆਉਂਦੇ ਵੀਡੀਓ ਬਣਾ ਕੇ ਅਪਡੇਟ ਦੇਣੀ ਕਿ ਕਿੱਥੇ ਤੱਕ ਗੱਲ ਪਹੁੰਚ ਗਈ। ਆਹ ਕੰਧ ਪਹਿਲੀ ਪੂਰੀ ਹੋ ਚੱਲੀ ਆ, ਆ ਬਸ ਜਿੰਨੇ ਕਿ ਏਰੀਆ 'ਚ ਚੋਰੀ ਬੈਠਾ ਇੰਨੀ ਕੀ ਰਹਿ ਗਈ ਆ, ਇੱਕ ਫਰਮਾ ਕਹਿੰਦੇ ਹੋਰ ਲੱਗਣਾ ਤੇ ਪੂਰੀ ਹੋ ਜਾਣੀ ਆ। ਉਸਤਾਦ ਹੁਣੀ ਕਹਿੰਦੇ ਅੱਜ ਅਸੀਂ ਰੈਸਟ ਨਹੀਂ ਕਰਨੀ, ਅੱਜ ਤੁਹਾਡਾ ਕੰਮ ਖਿੱਚ ਕੇ ਕਰਨਾ ਵਾ, ਅਤੇ 3 ਵਜੇ ਤੱਕ ਅਸੀਂ ਤੁਹਾਡਾ ਕੰਮ ਪੂਰਾ ਕਰ ਦੇਣਾ। ਉਹ ਪਰਲੀ ਦੀਵਾਰ ਜਿਹੜੀ ਆ ਉਹ ਸਾਰੀ ਕਰ ਛੱਡੀ ਆ, ਵਿੱਚ ਵਾਲੀ ਦੀਵਾਰ ਵੀ ਆ ਇੱਕ ਹੋ ਗਈ ਆ, ਬਸ ਰਹਿ ਗਈ ਇੱਕ ਆਹ ਵਾਲੀ ਅਤੇ ਉਹ ਸਾਹਮਣੇ ਵਾਲੀ। ਕੀ ਦੱਸਣਾ? ਕਿਹੜੀ ਦੱਸ ਦੇ ਜਦੋਂ ਉਹਨੇ ਕਰ ਲੈਣਾ? ਉਸਤਾਦ ਕਹਿੰਦਾ ਵੀ ਦੱਸ ਦੇ ਜਦੋਂ ਉਹਨਾਂ ਨੇ ਕਰ ਲੈਣਾ, ਚੱਲ ਜਾਣਾ ਚਲੇ ਜਾਇਓ। ਮੈਂ ਕਿਹੜਾ ਰੋਕਿਆ, ਵੀ ਜਦੋਂ ਕੰਮ ਹੀ ਮੁੱਕ ਗਿਆ ਇੱਥੇ ਰੋਕ ਕੇ ਤੁਸੀਂ ਕੀ ਕਰਨਾ ਮੁੜ ਕੇ? ਮਸਲਾ ਇੱਕ ਬਣ ਗਿਆ। ਉਸਤਾਦ ਹੁਣੀ ਕਹਿੰਦੇ ਆ ਕਿ ਸੀਮਟ ਥੋੜ੍ਹਾ ਵਾ ਹੋਰ ਮੰਗਾਉਣਾ ਪੈਣਾ ਵਾ, ਤਕਰੀਬਨ 2.5 ਬੋਰੀਆਂ ਪਈਆਂ ਨੇ ਅਤੇ 4 ਸੀਗੀਆਂ, ਕਹਿੰਦੇ 2 ਬੋਰੀਆਂ ਸੀਮਟ ਦੀਆਂ ਹੋਰ ਲੈ ਆਓ,
ਸੀਮਟ ਦੀਆਂ ਬੋਰੀਆਂ ਦਾ ਕਹਿਣ ਜਾਣਾ ਵਾ। ਉਸ ਤੋਂ ਬਾਅਦ ਛੱਜੀ ਦਾ ਫੋਨ ਆਇਆ ਕਿ ਯਾਰ ਮੋਟਰਸਾਈਕਲ ਚਾਹੀਦਾ ਵਾ। ਪਹਿਲੇ ਹੁਣ ਇੱਦਾਂ ਕਰਦੇ ਹਾਂ ਨਾ ਕਿ ਭਾਈ ਛੱਜੀ ਭਾਈ ਨੂੰ ਮੋਟਰਸਾਈਕਲ ਦੇ ਕੇ ਆਉਂਦੇ ਹਾਂ। ਮੋਟਰਸਾਈਕਲ ਦੇ ਕੇ ਆ ਕੇ ਅਤੇ ਜਿਹੜੀਆਂ ਕੁ 2.5 ਬੋਰੀਆਂ ਪਈਆਂ ਨੇ ਉਹਨਾਂ ਦਾ ਸੀਮਟ ਉਹ ਬਣਾ ਲੈਣਗੇ ਮਸਾਲਾ। ਉਸ ਤੋਂ ਬਾਅਦ ਫਿਰ ਜਾ ਕੇ ਕੋਈ 2 ਕੁ ਬੋਰੀਆਂ ਸੀਮਟ ਦੀਆਂ ਹੋਰ ਚੁੱਕ ਲਿਆਵਾਂਗੇ। ਸਤਾਰ ਹੋਣਾਂ ਨੂੰ ਚਾਹ ਲਿਆ ਤੀ, ਮੈਂ ਕਿਹਾ ਪਹਾੜੀ ਅਪਡੇਟ ਚਾਹ ਆ ਗਈ ਆ। ਮੈਂ ਕਿਹਾ ਨਿੱਕੇ ਨਿੱਕੇ ਕਲਿੱਪ ਜੋੜ ਕੇ ਲਿਆ, ਫਿਰ ਜਾ ਕੇ ਕੋਈ 10 ਮਿੰਟਾਂ ਦੀ ਵੀਡੀਓ ਬਣਦੀ ਆ। ਸਤਾਰ ਨੇ ਕਹਿੰਦੇ ਜੀ ਦੋ ਟਾਈਮ ਨਾਲ ਅਪਡੇਟ ਦਿਓ। ਕੰਮ ਆ ਵੀ ਕੰਧ ਅੱਧੀ ਹੋ ਗਈ ਆ, ਆਹ ਉੱਥੇ ਤੱਕ ਹੋ ਗਈ ਆ ਕਮਰੇ ਤੱਕ। ਇਹ ਤੋਂ ਅੱਗੇ ਰਹਿ ਗਈ ਉਹ ਟੀ ਵੀ ਲਾਉਣ ਦੀ, ਬੈਠਕ ਦੀ ਅਤੇ ਗਲੀ ਦੀ, ਮੰਨ ਕੇ ਰਹਿ ਗਿਆ ਜੇ ਇੱਦਾਂ ਹੀ ਸਟਾਲ ਲੱਗੇ ਰਹੇ ਤਾਂ ਹੋਰ 2 ਘੰਟਿਆਂ 'ਚ ਮੁੱਕ ਜਾਣਾ ਕੰਮ। ਲਓ ਜੀ ਹੁਣ ਤੱਕ ਦੀ ਅਪਡੇਟ ਇਹ ਆ ਕਿ ਵਾਰ ਵਾਰ ਕੰਨਾਂ ਟੱਪ ਟੱਪ ਕੇ ਅਤੇ ਸਾਹ ਚੜ੍ਹ ਗਿਆ ਚੰਗਾ ਭਲਾ। 3-4 ਵਾਰੀ ਤਾਂ ਡਿੱਗਦਾ ਡਿੱਗਦਾ ਬਚਿਆ। ਮੈਂ ਅੱਗੇ ਸਤਾਰ ਨੂੰ ਕਹਿੰਦਾ, ਮੈਂ ਕਿਹਾ ਮੈਂ ਜਿੱਦਾਂ ਕੰਨਾਂ ਟੱਪ ਰਿਹਾ ਨਾ ਵਾਰ ਵਾਰ ਮੈਂ ਸੱਟ ਲਵਾ ਲੈਣੀ ਆ, ਹੈਂ ਕਦੀ ਇੱਥੋਂ ਅੰਦਰ ਅਤੇ ਕਦੀ ਇੱਥੋਂ ਬਾਹਰ ਜਾ ਕੇ ਅਤੇ ਉਹ ਮੰਜਾ ਡਾਇਆ। ਅਪਡੇਟ ਇਹ ਆ ਕਿ ਆਹ ਕੰਧ ਸਾਰੀ ਹੋ ਗਈ, ਤੁਹਾਨੂੰ ਪਤਾ ਵਿੱਚ ਵਾਲੀ ਵੀ ਹੋ ਗਈ, ਆਹ ਕੰਧ ਵੀ ਆਲਮੋਸਟ ਅੱਧੀ ਹੋ ਗਈ ਆ। ਇਸ ਤੋਂ ਬਾਅਦ ਆਹ ਕੰਧ ਪੂਰੀ ਕਰਨੀ ਆ ਵਿੱਚ ਵਾਲੀ, ਇੱਕ ਆਹ ਕੰਧ ਆ ਅਤੇ ਆਹ 2 ਛੋਟੀਆਂ ਕੰਧਾਂ। ਮਸਾਲਾ ਗਿਆ ਵਾ ਮੁੱਕ, ਉਸਤਾਦ ਹੋਣੀ ਮਸਾਲਾ ਬਣਾਉਣ ਦੇ ਆ। 12 ਵਜੇ ਦਾ ਟਾਈਮ ਆ ਅਤੇ ਇਨਸ਼ਾਅੱਲਾ ਹੋਰ 2 ਕੁ ਘੰਟਿਆਂ 'ਚ ਮੈਨੂੰ ਲੱਗਦਾ ਉਸਤਾਦ ਹੋਣਾਂ ਨੇ ਇਹ ਕੰਮ ਨਾ ਸਾਰਾ ਨਿਬੇੜ ਦੇਣਾ। ਲਓ ਜੀ ਹੁਣ ਦੀ ਤਾਜ਼ਾ ਅਪਡੇਟ ਇਹ ਆ ਕਿ ਬੰਦੇ ਆਪਣੇ ਰੋਟੀ ਖਾਣ ਲੱਗੇ ਆ। ਦੱਸੀ ਯਾਰਾ ਚੌਰ ਕਹਿੰਦਾ ਮਟਰਾਂ ਦੀ ਦਾਲ, ਮੈਨੂੰ ਇਹਨੇ ਅੱਜ ਹੈਰਾਨ ਕਰਤਾ ਪਰੇਸ਼ਾਨ ਕਰਤਾ। ਉਸਤਾਦ ਜੀ ਮਟਰਾਂ ਦੀ ਦਾਲ ਨਹੀਂ ਹੁੰਦੀ, ਤੁਹਾਨੂੰ ਕਿੰਨੇ ਕਿਹਾ ਮਟਰਾਂ ਦੀ ਦਾਲ, ਚੜਿਆਂ ਦੀ ਦਾਲ ਆ। ਉਸਤਾਦ ਹੁਣ ਕਹਿੰਦੇ ਮਟਰਾਂ ਦੀ ਦਾਲ ਸਾਰੇ ਆਪਾਂ ਯੰਗ ਆ ਯਾਰ, ਇੱਕ ਜਿਹੇ ਇਸ ਤੋਂ ਤੁਹਾਨੂੰ ਨਹੀਂ ਪਤਾ ਜਦੋਂ ਮੈਂ ਤਾਂ ਕਿਸੇ ਬਜ਼ੁਰਗ ਤੋਂ ਪੁੱਛਿਆ ਜੀ ਤੁਸੀਂ ਪੁੱਛ ਕੇ ਕਿਸੇ ਵਿਹਲੇ ਬਜ਼ੁਰਗ ਨੇ ਇਹਨੂੰ ਦੱਸਿਆ ਕਿ ਮਟਰਾਂ ਦੀ ਦਾਲ ਵੀ ਹੁੰਦੀ ਹੈ। ਬਾਕੀ ਮਸਾਲਾ ਆਪਣਾ ਬਣ ਗਿਆ ਵਾ, ਉਸਤਾਦ ਹੁਣੀ ਰੋਟੀ ਖਾ ਲੈਣ। ਉਸ ਤੋਂ ਬਾਅਦ ਕਹਿੰਦੇ 2 ਕੁ ਘੰਟਿਆਂ 'ਚ ਕੰਮ ਆਪਣਾ ਮੁੱਕ ਜਾਣਾ ਵਾ। 1 ਵੱਜ ਗਿਆ ਹੋਰ 2 ਘੰਟੇ ਦਾ, ਮਤਲਬ 3 ਅਤੇ 3:30 4 ਵਜੇ ਤੱਕ ਮੁੱਕ ਜਾਣਾ ਕੰਮ ਆਪਣਾ। ਸਜਣਾ ਨੂੰ ਬਾਹਰ ਕੱਢੋ ਅੱਖਾਂ ਕਰਨ ਦੀਦਾਰਾਂ। ਕੋਈ ਪੱਤਰ ਮਲੋਕਾਂ ਦੇ, ਕੋਈ ਪੱਤਰ ਮਲੋਕਾਂ ਦੇ, ਤੁਸਾਂ ਸਾਨੂੰ ਛੱਡ ਜਾਣਾ ਤਨ ਸੁਣਨੇ ਅਸਾਂ ਲੋਕਾਂ ਦੇ। ਮੈਂ ਵਾਪਸ ਆਊਂਗਾ। ਨਵੀਂ ਅਪਡੇਟ ਇਹ ਆ ਕਿ ਬਸ ਆਹ ਗੰਧ ਹੋ ਗਈ ਵਿੱਚ ਵਾਲੀ, ਤੁਸੀਂ ਅਪਡੇਟ ਲਓ। ਅੱਗੇ ਤਾਂ ਬੜਾ ਟੱਪੇ ਦਾ ਟੱਪਾ ਚੱਲਣ ਦਿਆ, ਉਸਤਾਦ ਕੈਮਰਾ ਖੋਲ੍ਹਦੀ ਚੁੱਪ ਕਰ ਗਿਆ। ਆਹ ਕੰਧ ਹੋ ਗਈ ਆ, ਆਹ ਵੀ ਆਲਮੋਸਟ ਆ ਰਹਿ ਗਈ ਆ ਥੋੜ੍ਹੀ ਜਿਹੀ। ਲਓ ਜੀ ਲੇਟੈਸਟ ਅਪਡੇਟ ਦੇ ਮੁਤਾਬਕ ਗੱਲ ਇੱਦਾਂ ਵਾ ਕਿ ਆਹ ਆਖਰੀ ਕੰਧ ਰਹਿ ਗਈ ਆ। ਉਸਤਾਦ ਹੁਣੀ ਗਾਣਾ ਗਾ ਰਹੇ ਸੀ ਜ਼ਿੰਦਗੀ ਕੀ ਤਲਾਸ਼ ਮੈਂ ਹਾਂ, ਮੌਤ ਕੇ ਕਿਤਨੇ ਪਾਸ ਆ ਗਏ, ਮੈਨੂੰ ਤਾਂ ਆਉਂਦਾ ਹੀ ਨਹੀਂ, ਮੈਂ ਅੱਗੋਂ ਕੁਛ ਹੋਰ ਕਹਿਣ ਲੱਗਾ ਸੀ। ਆਹ ਕੰਧ ਇੱਕ ਰਹਿ ਗਈ ਆ, ਆਹ ਪਿਛਲੀਆਂ ਦੋਵੇਂ ਹੁਣੀ ਲਾ ਕੇ ਹੱਠੇ ਤਾਜ਼ਾ ਤਾਜ਼ਾ ਹੀ। ਬਾਕੀ ਅੱਲਾ ਖੈਰ ਕਰੇ ਸਾਰੀਆਂ ਹੋ ਗਈਆਂ। ਉਹ ਮਸਾਲਾ ਬਥੇਰਾ ਬਣਿਆ ਪਿਆ ਵਾ, ਮਸਾਲਾ ਥੋੜ੍ਹਾ ਜਿਹਾ ਵੱਧ ਜਾਣਾ ਵਾ। ਉਹ ਅਗਲੇ ਪਾਸੇ ਭਾਈ ਫਾਹ ਦੇ ਬੂਹੇ ਕੋਲ ਟਰਾਲੀਆਂ ਲੰਘ ਕੇ ਆਈਆਂ ਸੀ ਅਤੇ ਉਹ ਫਸ ਗਈ ਟਰਾਲੀ ਉੱਥੇ, ਉਹਦੀ ਵਜ੍ਹਾ ਤੋਂ ਉਹਦੇ ਨਾਲ ਸਾਹਮਣੇ ਉਹ ਥੜਾ ਪੁੱਟਿਆ ਗਿਆ ਸਾਰਾ। ਬਾਕੀ ਮੈਂ ਕਿਹਾ ਉੱਥੇ ਪਾਗਣਾ ਅਤੇ ਉਹ ਥੜਾ ਸਹੀ ਕਰੋ, ਮੱਲੇਦਾਰੀ ਆ ਫਿਰ ਵੀ ਚੰਗੀ ਗੱਲ ਹੁੰਦੀ ਆ। ਲਓ ਜੀ ਡੈਂਪ ਪੈ ਹਟਿਆ, ਮਸਾਲਾ ਸਾਡਾ ਗਿਆ ਥੋੜ੍ਹਾ ਜਿਹਾ ਵੱਧ।
ਹੁਣ ਮੈਂ ਦੱਸਿਆ ਮੈਂ ਕਿਹਾ ਆਹ ਜਗ੍ਹਾ ਖਰਾਬ ਹੋ ਗਈ ਸੀਗੀ, ਇੱਥੋਂ ਮਿੱਟੀ ਦੀਆਂ ਟਰਾਲੀਆਂ ਇੱਟਾਂ ਦੀਆਂ ਬਲਕਿ ਜਿੱਦਣ ਲੰਘੀਆਂ ਸੀ ਨਾ, ਉੱਦਣ ਇੱਥੇ ਫਸ ਗਈ ਟਰਾਲੀ ਨਰਮ ਸੀ ਜਗ੍ਹਾ, ਆਹ ਪਵਾਇਆ ਸੀ ਉਦੋਂ ਮੈਂ ਆਹ ਲਾ। ਮੈਂ ਕਿਹਾ ਹੁਣ ਇਹਦੇ ਨਾਲ ਨਾਲ ਨਾ ਇੱਥੇ ਪਾ ਦਿਓ ਥੋੜ੍ਹਾ ਜਿਹਾ ਪਾਣੀ ਪੂਣੀ, ਮਿੱਟੀ ਛਿੱਟੀ ਪਾ ਕੇ, ਮਿੱਟੀ ਛਿੱਟੀ ਗਈ ਥੋੜ੍ਹਾ ਜਿਹਾ ਪਾਣੀ ਇਹ 'ਚ ਕਰਕੇ ਅਤੇ ਇਹਨੂੰ ਥੋੜ੍ਹਾ ਜਿਹਾ ਸੰਘਣਾ ਕਰਕੇ ਅਤੇ ਉੱਥੇ ਪਾ ਦਿੰਦੇ ਆ, ਬਾਕੀ ਡੈਮ ਆਪਣਾ ਹੋ ਗਿਆ ਪੂਰਾ, ਪਾਣੀ ਚੱਲ ਗਿਆ ਉਸਤਾਦ, ਉਹ ਪਾਣੀ ਚੱਲ ਗਿਆ ਜੀ, ਮੁੜ ਕੇ ਉੱਥੇ ਗਿੱਚੜ ਹੋ ਜਾਣਾ। ਅੱਛਾ ਡੈਮ ਪੈ ਗਿਆ ਵਾ, ਆਹ ਉਸਤਾਦ ਨੇ ਆਖਰੀ ਕਾਂਡੀ ਸੁੱਟ ਛੱਡੀ ਜੇ ਵਿੱਚ, ਇੱਕ ਹੋਰ ਲਓ ਜੀ ਆਹ ਲਾਸਟ, ਲਓ ਅੱਲਾ ਪਾਕ ਦੇ ਹੁਕਮ ਦੇ ਮੁਤਾਬਕ ਆਪਣਾ ਇਹਦੇ ਕੰਮ ਗਿਆ ਮੁੱਕ। ਕੱਲ੍ਹ ਨੂੰ ਉਸਤਾਦ ਹੋਣਾ ਨੇ ਇੱਕ ਬੰਦਾ ਲੈ ਕੇ ਆਉਣਗੇ ਵੱਧ, ਨਾਲ ਇੱਟਾਂ ਵਿੱਚ ਸੁੱਟਣ ਵਾਸਤੇ ਬੰਦਾ ਚਾਹੀਦਾ। ਮੈਂ ਤਾਂ ਉਸਤਾਦ ਨੂੰ ਕਿਹਾ ਸੀ ਅੱਜ ਹੀ ਸੁੱਟ ਜਾ, ਭਾਵੇਂ ਸ਼ਾਮ ਨੂੰ ਸੁੱਟ ਜਾ, ਭਾਵੇਂ ਕੱਲ੍ਹ ਨੂੰ ਛੁੱਟੀ ਕਰੇ, ਕੱਲ੍ਹ ਆ ਕੇ ਸੁੱਟ ਜਾ ਠੇਕੇ 'ਤੇ ਸੁੱਟ ਦੇ। ਉਸਤਾਦ ਕਹਿੰਦਾ ਯਾਰ ਕੱਲ੍ਹ ਨੂੰ ਇੱਕ ਬੰਦਾ ਹੀ ਵੱਧ ਲਿਆਵਾਂਗੇ, ਉਹਦਾ ਫਾਇਦਾ ਇਹ ਹੋਏਗਾ ਕਿ ਉਹ ਇੱਟਾਂ ਫੜਾਈ ਜਾਏਗਾ, ਇਹ ਮਸਾਲਾ ਮਸੂਲਾ ਕਰਕੇ ਉਹ ਫੜਾਈ ਜਾਏਗਾ, ਅੰਦਰ ਗੋਹ ਸ਼ੋ ਲਾ ਕੇ ਅਤੇ ਫਿਰ ਸਮਾਨ ਇਹਨਾਂ ਨੇ ਰੱਖਣਾ ਉੱਥੇ। ਸਾਰਾ ਤਾਂ ਘੱਟਾ ਮੇਰੇ 'ਤੇ ਪਾ ਤਾ, ਹੁਣ ਜਿੰਨੇ ਮਰਜ਼ੀ ਪਿਆਰ ਨਾਲ ਤੁਹਾਡੇ ਜਿਹੜਾ ਪੈਣਾ ਸੀ ਉਹ ਤਾਂ ਪੈ ਗਿਆ, ਹਾਂ ਵੀ ਹੁਣ ਪਿੱਛੇ ਕੀ ਰਹਿ ਗਿਆ, ਕੱਟਾ ਉਹ ਸੀ ਜਿਹੜਾ ਪੈ ਗਿਆ। ਲਓ ਜੀ ਜਿਹੜਾ ਵਧਿਆ ਸੀ ਉਹ ਇੱਥੇ ਪਵਾ ਤਾ ਸਾਰਾ, ਅਗਲੀ ਵਾਰੀ ਜਦੋਂ ਵਧਣਾ ਵਾ ਤਾਂ ਉਹ ਏਰੀਆ ਨੁੱਕਰ ਤੋਂ ਲੈ ਕੇ ਐਂ ਕਰਕੇ ਐਂ ਸਾਰਾ ਪੂਰਾ ਹੋ ਜਾਣਾ। ਲਓ ਜੀ ਗੱਲ ਇੱਦਾਂ ਵਾ ਕਿ ਮੇਰੇ ਹਿਸਾਬ ਨਾਲ ਅੱਜ ਵਾਸਤੇ ਇੰਨਾ ਹੀ ਬਹੁਤ ਆ, ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਵੀਡੀਓ ਨੂੰ ਲਾਈਕ ਕਮੈਂਟ ਕਰਕੇ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਮੈਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼।